ਜਦੋਂ ਬਰਸਾਤ ਆਉਂਦੀ ਹੈ ਤਾਂ ਫਿਰ ਕਿਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ? ਇਦਾਂ ਹੀ ਮੈਂ ਖਲੋ ਕੇ ਕਦੇ ਕਿਸੇ ਦੇ ਘਰੇ ਕੱਟ ਲੈਂਦੀ ਹਾਂ, ਚਾਹੇ ਉਹ ਛੋਟੇ ਜਿਹੇ ਮੰਜਾ ਕਿਸਾਨ ਡਰਦਾ, ਚਾਹੇ ਉੱਤੇ ਜ਼ਿਆਦਾ ਨੇਰ ਕੋ ਪਾਇਆ ਸੀ ਤਾਂ ਮੈਂ ਗਵਾਂਢੀਆਂ ਦੇ ਘਰ ਜਾ ਕੇ ਸੌਂ ਗਈ ਇਕੱਲੀ, ਕਈ ਵਾਰ ਰੋਂਦੀ ਵੀ ਰਹਿੰਦੀ ਹਾਂ, ਰਾਤ ਦਿਨ ਰੋਂਦੀ ਰਹਿੰਦੀ, ਰੋਣਾ ਹੀ ਆ, ਕੀ ਕਰਨਾ ਵੀਰ ਜੀ, ਮੇਰੇ ਨਾਲ ਤਾਂ ਮੌਤ ਮੇਰੀ ਹੋ ਜਾਂਦੀ ਚੰਗਾ ਹੀ। ਬੈੱਡ ਦੇਖਦੇ ਪਏ ਜੀ, ਇਹ ਇਸ ਕਰਕੇ ਗੱਲ ਗਏ ਥੱਲੋਂ ਕਿ ਬਰਸਾਤ ਜਦੋਂ ਹੁੰਦੀ ਹੈ ਤਾਂ ਬਾਲੀਆਂ ਦੀ ਛੱਤਾਂ 'ਚ ਆਉਂਦੀਆਂ ਨੇ ਤਾਂ ਘਰ ਦੇ ਵਿੱਚ ਪਾਣੀ ਭਰ ਜਾਂਦਾ ਹੈ, ਤਰੇਰਾ ਨਾਲ ਭਰਿਆ ਘਰ ਹੈ। ਰਸੋਈ ਦੇ ਅੰਦਰ ਦੇ ਹਾਲਾਤ ਦੇਖੋ, ਬਾਲੀਆਂ ਦੀਆਂ ਸਾਰੀਆਂ ਛੱਤਾਂ ਨੇ, ਇੱਦਾਂ ਵੀਰ ਜੀ ਜੇ ਕੋਈ ਦੇਂਦਾ ਵਾ ਤਾਂ ਇਤਨਾ ਝੱਟ ਮਰਮ ਲੰਘਦਾ ਜਾਂਦਾ ਵੀਰ ਜੀ। ਆਹ ਦੇਖੋ ਇੱਕ ਹੋਰ ਉੱਪਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਵੀਰ ਜੀ, ਚਾਹੁੰਦੀਆਂ ਵਾ ਵੇਖੋ ਚੋ ਚੋ ਕੇ ਕੀ ਹਾਲ ਹੋਇਆ, ਪਾਣੀ ਕੱਢ ਕੱਢ ਕੇ ਮੇਰੇ ਤਾਂ ਬੁਰਾ ਹਾਲ ਹੋਇਆ। ਮਾਤਾ ਜੀ ਇਹ ਸਾਰਾ ਫਰਸ਼ ਗਿੱਲਾ ਹੋਇਆ ਪਿਆ, ਇਹ ਲਗਾਤਾਰ ਪਾਣੀ ਇੱਥੇ ਭਰਿਆ? ਲਗਾਤਾਰ ਹੀ ਭਰਿਆ ਹੈ ਪਾਣੀ, ਜਦੋਂ ਮੀਂਹ ਆਉਂਦਾ ਹੈ ਉੱਥੋਂ ਤੱਕ ਪਾਣੀ ਚੜ੍ਹ ਜਾਂਦਾ ਵਾ, ਪਾਣੀ ਨਿਕਲਦਾ ਨਹੀਂ ਕਿਸੇ ਬੰਨੇ ਵੀ, ਮੈਂ ਕਿੰਨਾ ਕੁ ਕੱਢੂੰਗੀ। ਤੁਹਾਡੇ ਪਤੀ ਨੂੰ ਕੀ ਹੋਇਆ ਸੀ, ਕਿਸ ਤਰ੍ਹਾਂ ਮੌਤ? ਹਾਂਜੀ ਉਹਨਾਂ ਨੂੰ ਅਟੈਕ ਹੋਇਆ ਹੈ, ਪਹਿਲਾਂ ਅਟੈਕ ਹੋਇਆ ਹੈ 3 ਸਾਲ ਪਹਿਲਾਂ, 3 ਸਾਲਾਂ ਬਾਅਦ 'ਚ ਫਿਰ ਹੋ ਗਿਆ। ਸੈਲਰ ਮਿਸਤਰੀ ਦੇ ਕੰਮ ਕਰਨ ਗਏ ਅਤੇ ਉੱਥੇ ਕੱਖ ਲੱਗ ਗਿਆ, ਕੱਖ ਤੋਂ ਗੁਰਦੇ ਫੇਲ ਹੋ ਗਏ, ਗੁਰਦੇ ਹੁਣ ਫੇਲ ਹੋਣਾ ਕਰਕੇ ਸਾਡੇ ਕੋਲ ਜਿੰਨਾ ਕੁ ਇਲਾਜ ਹੋਇਆ ਉਨਾ ਕੁ ਕੀਤਾ, ਮੁੜ ਕੇ ਬਾਅਦ ਵਿੱਚ ਇੱਦਾਂ ਹੋ ਗਏ। ਮੁੰਡਾ ਨਹੀਂ ਸੀ ਮਾੜਾ ਮੇਰਾ, ਬਹੁਤ ਜ਼ਿਆਦਾ ਮੇਰਾ ਆਦਰ ਭਾਅ ਕਰਦਾ ਸੀ, ਅਤੇ ਬਾਅਦ ਵਿੱਚ ਉਹਨੇ ਪਤਾ ਨਹੀਂ ਕੀ ਦਿਲ 'ਚ ਆਈ ਅਤੇ ਉਹਨੇ ਦਵਾਈ ਖਾ ਕੇ ਅਤੇ ਇੱਦਾਂ ਹੋ ਗਿਆ, 10 ਮਿੰਟਾਂ ਦੇ ਵਿੱਚ ਹੀ ਦਵਾਈ ਖਾ ਕੇ ਆ ਗਿਆ ਘਰ, 4:30 ਵਜੇ ਮੌਤ ਹੋ ਗਈ। ਦਵਾਈ ਵੀ ਮੇਰੀ ਸ਼ੂਗਰ ਬਹੁਤ ਆ, ਮੈਨੂੰ ਸ਼ੂਗਰ ਦੇ ਨਾਲ ਮੇਰੇ ਕੋਲ ਕਾਰੋਬਾਰ, ਕੋਈ ਭਾਂਡੇ ਭੁੰਡੇ ਮੰਜ ਜਾਂਦਾ ਵੀ ਨਹੀਂ ਕਿਤੇ ਕੰਮ ਹੁੰਦਾ, ਬੜਾ ਸੁੱਖ ਲਿਆ ਬਹੁਤ ਜ਼ਿਆਦਾ, ਮੈਨੂੰ ਮਹਾਰਾਜ ਨੇ ਸੁੱਖ ਦਿੱਤਾ, ਮੈਂ ਕਦੀ ਨਹੀਂ ਸੀ, ਮੈਂ 10,000 ਰੁਪਈਆ ਬੁੱਚ ਪਾ ਕੇ ਵੀਰ ਜੀ ਤੁਰਦੀ ਹਾਂ, ਮੈਨੂੰ ਨਹੀਂ ਸੋਚ ਵੀ ਮੈਂ ਇੱਥੋਂ ਤੱਕ ਪਹੁੰਚਣਾ ਵਾ। ਬਿਲਕੁਲ, ਇਹ ਐਡਰੈਸ ਤੁਹਾਨੂੰ ਦੱਸ ਦਈਏ ਕਿ ਇਹ ਮਾਤਾ ਜੀ ਦਾ ਆਧਾਰ ਕਾਰਡ ਹੈ, ਤਾਂ ਜੀਵਨ ਸਿੰਘ, ਬਾਬਾ ਜੀਵਨ ਸਿੰਘ ਕਲੋਨੀ ਹੈ, 222 ਆਰਮੀ ਗੇਟ ਕਿਹਾ ਜਾ ਰਿਹਾ, 222 ਤਾਂ ਵਾਰਡ ਨੰਬਰ 36 66 ਅੰਮ੍ਰਿਤਸਰ। ਬਿਲਕੁਲ ਮੇਰੇ ਕੋਲ ਨੰਬਰ ਹੈਗਾ ਅਤੇ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ ਮਾਤਾ ਜੀ ਦਾ ਨੰਬਰ ਹੈ, ਜੇਕਰ ਤੁਸੀਂ ਮਾਤਾ ਜੀ ਨਾਲ ਗੱਲਬਾਤ ਕਰਨਾ ਚਾਹੋ ਤਾਂ ਕਰ ਸਕਦੇ ਜੇ, 7626883791। ਥੋੜ੍ਹਾ ਬਹੁਤਾ ਚਾਹੁੰਦਾ ਹੋਵੇ ਤਾਂ ਉਹ ਤਾਂ ਕੋਈ ਨਹੀਂ, ਬਹੁਤ ਜ਼ਿਆਦਾ ਹੀ ਚਾਹੁੰਦਾ, ਬਹੁਤ ਜ਼ਿਆਦਾ ਹੀ। ਬਾਲੇ ਜਿਹੜੇ ਨੇ ਕਲੋਜ਼ ਕਰਕੇ ਦਿਖਾਓ, ਵੇਖੋ ਆਹ ਬਾਲਾ, ਵੇਖੋ ਡਿੱਗ ਚੁੱਕੇ ਨੇ, ਬਾਲੇ ਟੁੱਟ ਕੇ ਡਿੱਗ ਚੁੱਕੇ ਨੇ, ਆਹ ਵਿਚਲਾ ਬਾਲਾ ਦਿਖਾਓ ਇੱਕ ਵਾਰੀ, ਯਾਨੀ ਕਿ ਬਹੁਤ ਸਾਨੂੰ ਵੀ ਖਤਰਾ ਨਜ਼ਰ ਆ ਰਿਹਾ, ਇੱਥੇ ਖਲੋ ਕੇ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਤਾਂ ਸਾਨੂੰ ਵੀ ਖਤਰਾ ਨਜ਼ਰ ਆ ਰਿਹਾ ਕਿ ਪਤਾ ਨਹੀਂ ਕਿਹੜੇ ਵੇਲੇ ਇਹ ਜਿਹੜੇ ਬਾਲੇ ਜਿਹੜੇ ਡਿੱਗ ਪੈਣ, ਛੱਤ ਡਿੱਗ ਪਏ। ਆਹ ਤਸਵੀਰ ਦੇਖਣ ਤੋਂ ਬਾਅਦ ਭਾਵੁਕ ਜ਼ਰੂਰ ਹੋ ਰਹੇ ਹਾਂ, ਪਰ ਵੱਡੀ ਗੱਲ ਹੈ ਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਕੁਛ ਨਾ ਕੁਛ ਹੱਲ ਜ਼ਰੂਰ ਕਰਨਗੇ। ਦੋਸਤੋ, ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਹੜੀ ਵੀਡੀਓ ਦੇ ਵਿੱਚ ਇੱਕ ਰੋਂਦੀ ਵਿਖਲਾਉਂਦੀ ਮਾਂ ਆਪਣਾ ਦੁੱਖ ਦੱਸਦੀ ਪਈ ਆ। ਜਿਹੜੀ ਮਾਂ ਕਹਿ ਰਹੀ ਹੈ ਕਿ ਪੁੱਤ ਦੀ ਮੌਤ ਹੋਈ ਸੀ 2020 ਦੇ ਵਿੱਚ, ਤਾਂ 2017 ਦੇ ਵਿੱਚ ਘਰ ਵਾਲੇ ਦੀ ਮੌਤ ਹੋ ਗਈ। ਇਸ ਵੇਲੇ ਉਹ ਰੋਂਦੀ ਵਿਖਲਾਉਂਦੀ ਮਾਂ ਇਕੱਲੀ ਇਸ ਘਰ ਦੇ ਵਿੱਚ ਰਹਿੰਦੀ ਹੈ। ਇੱਕ ਵਾਰ ਘਰ ਦੇ ਹਾਲਾਤ ਦਿਖਾ ਦਿੰਦੇ ਹਾਂ, ਬਾਲਿਆਂ ਦੀ ਛੱਤਾਂ ਨੇ, ਆਹ ਜਿਹੜੇ ਬੈੱਡ ਦੇਖਦੇ ਪਏ ਜੇ, ਇਹ ਇਸ ਕਰਕੇ ਗੱਲ ਗਏ ਥੱਲੋਂ ਕਿ ਬਰਸਾਤ ਜਦੋਂ ਹੁੰਦੀ ਹੈ ਤਾਂ ਬਾਲੀਆਂ ਦੀ ਛੱਤਾਂ 'ਚ ਆਉਂਦੀਆਂ ਨੇ ਤਾਂ ਘਰ ਦੇ ਵਿੱਚ ਪਾਣੀ ਭਰ ਜਾਂਦਾ ਹੈ, ਤਾਂ ਪਾਣੀ ਭਰ ਜਾਂਦਾ ਤਾਂ ਉਸ ਤੋਂ ਬਾਅਦ ਇਹ ਹਾਲਾਤ ਤੁਸੀਂ ਦੇਖ ਸਕਦੇ ਹੈ। ਰਸੋਈ ਦਿਖਾਓ ਪਹਿਲੇ ਇੱਕ ਵਾਰ, ਮੈਂ ਸਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ, ਉਸ ਤੋਂ ਬਾਅਦ ਉਸ ਮਾਂ ਦੇ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਇਹ ਘਰ ਦੇਖ ਸਕਦੇ ਹੋ, ਤਰੇਰਾ ਨਾਲ ਭਰਿਆ ਘਰ ਹੈ। ਰਸੋਈ ਦੇ ਅੰਦਰ ਦੇ ਹਾਲਾਤ ਦੇਖੋ, ਬਾਲੀਆਂ ਦੀਆਂ ਸਾਰੀਆਂ ਛੱਤਾਂ ਨੇ, ਤਾਂ ਕਿਤੇ ਨਾ ਕਿਤੇ ਵੱਧ ਤੋਂ ਬਦਤਰ ਜ਼ਿੰਦਗੀ ਜੀਣ ਵਾਸਤੇ ਮਜਬੂਰ ਹੋਈ ਇਸ ਮਾਂ ਦੇ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ। ਫਿਲਹਾਲ ਦੀ ਘੜੀ ਇਹ ਬਾਹਰ ਦੀਆਂ ਤਸਵੀਰਾਂ, ਅੰਦਰ ਤੁਹਾਨੂੰ ਜ਼ਰੂਰ ਦਿਖਾਉਂਦੇ ਹਾਂ ਕਿ ਅੰਦਰ ਕਿਸ ਤਰੀਕੇ ਦੇ ਨਾਲ। ਆਹ ਦੇਖੋ ਸਾਹਿਬ, ਪਹਿਲੇ ਦੇਖੋ ਤਰੇਰਾਂ ਕਿਸ ਤਰ੍ਹਾਂ ਆਈਆਂ ਘਰ ਦੇ ਵਿੱਚ। ਇਹ ਤਰੇਰਾਂ ਜਿਹੜੀਆਂ ਨੇ ਉਹ ਇਹ ਦੱਸਦੀਆਂ ਨੇ ਕਿ ਹੁਣੇ ਡਿੱਗਿਆ ਘਰ ਅਤੇ ਹੁਣੇ ਡਿੱਗਾ, ਪਰ ਫਿਰ ਵੀ ਇਸ ਤਰ੍ਹਾਂ ਦੇਖਣ ਤੋਂ ਬਾਅਦ ਵੀ ਮਾਤਾ ਜੀ ਇਸ ਘਰ ਦੇ ਵਿੱਚ ਰਹਿਣ ਨੂੰ ਮਜਬੂਰ ਨੇ, ਤਾਂ ਅੰਦਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ। ਬਾਲਿਆਂ ਦੀ ਛੱਤਾਂ ਨੇ, ਆਹ ਦੇਖੋ ਇਹ ਪੁੱਤ ਜਿਨ੍ਹਾਂ ਦੀ ਮੌਤ ਹੋਈ ਸੀ 24/7/2020 ਨੂੰ ਮੌਤ ਹੋਈ ਸੀ, ਤਾਂ ਉਸ ਤੋਂ ਬਾਅਦ ਅਸੀਂ ਘਰ ਵਾਲੇ ਜਿਹੜੇ ਉਹਨਾਂ ਦੇ ਪਤੀ ਦੇ ਉਹਨਾਂ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ, ਜਿਹੜੀ ਜਿਨ੍ਹਾਂ ਦੀ ਮੌਤ ਹੋਈ ਸੀ 2017 ਦੇ ਵਿੱਚ। 2017 ਦੇ ਵਿੱਚ ਮੌਤ ਹੋਣ ਤੋਂ ਬਾਅਦ ਮਾਤਾ ਜੀ ਇਕੱਲੇ ਰਹਿ ਗਏ, ਅਤੇ ਇਕੱਲੇ ਰਹਿਣ ਤੋਂ ਬਾਅਦ ਹੁਣ ਸਿਰਫ ਅਤੇ ਸਿਰਫ ਸਹਾਰਾ ਮੰਗਦੇ ਆ, ਸ਼ਾਇਦ ਕੋਈ ਸਹਾਰਾ, ਬੁੱਢੀ ਮਾਂ ਦਾ ਸਹਾਰਾ ਹੋਵੇ। ਮਾਤਾ ਜੀ ਸਾਡੇ ਨਾਲ ਮੌਜੂਦ ਨੇ, ਨਾਲ ਘਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ, ਨਾਲ ਮਾਤਾ ਜੀ ਨਾਲ ਗੱਲਬਾਤ ਵੀ ਸਾਂਝੀ ਕਰਦੇ। ਮਾਤਾ ਜੀ ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਕਿਸ ਤਰ੍ਹਾਂ ਚੱਲਦਾ ਪਿਆ ਸਿਸਟਮ ਸਾਰਾ, ਨਾਮ ਦੱਸੋ ਪਹਿਲਾਂ ਤੁਹਾਡਾ? ਗੁਰਵਿੰਦਰ ਕੌਰ ਜੀ। ਕਿਸ ਤਰ੍ਹਾਂ ਚੱਲਦਾ ਪਿਆ ਸਿਸਟਮ? ਇੱਦਾਂ ਵੀਰ ਜੀ ਜੇ ਕੋਈ ਦੇਂਦਾ ਵਾ ਤਾਂ ਇਤਨਾ ਹੀ ਝੱਟ ਮਰਮ ਲੰਘਦਾ ਜਾਂਦਾ ਵੀਰ ਜੀ।
घर जो मुश्किलों की गल की जाए तो मुश्किल बेशुमार ने असी वेख लीती हैं कि जो बरसात आती है तो फिर किस तरह के हालात बन जाते हैं इदा ही बह खलो के कभी किसी के घर कट लें चाहे वह छोटे जे मंजा कथान डा चाहे उत्ते ज्यादा नेर को पाया ही तो मैं गुआढ़ियों के घर जाके सौ गई हाँ दो बारियां तीन बारियां तो इदा ही हुई है थले डिगन कह सकते हुणे डिगे तो हुणे डिगे पर फिर भी इस तरह के खतरे दे विच भी कितना कितने समा कढ़दे पे ने माता जी माता जी सारा फर्श गिला होया पिया ये लगातार पानी इत्थे भरिया लगातार ही भरिया है पानी जदों मीह आउंदा है उत्थों तक पानी चढ़ जांदा वा पानी निकलदा नहीं कहे बन्ने भी मैं किन्ना क कढूंगी बहुत बुरे हाल दे विच रह रही हां अच्छा की तुहाडे पति नूं की होया सी किस तरह मौत हां जी उहनां नूं अटैक होया है पहलो अटैक होया है तीन साल पहलो तीन सालां बाद च फिर हो गया फिर सैलर मिस्त्री दे काम करन गए ते उत्थे कख लग गया कख तो गुरदे फेल हो गए गुरदे हुण फेल होना करके साढ़े को जिन्ना क इलाज होया उन्ना क कीता मुड़ के बाद विच इदां हो गए ते बेटे दी उन्हें दवाई खा ली कारण की कारण उहदी घर दी लड़दी बोलदी बहुत ज्यादा ते गुड्डियां नूं वी नहीं मिलन दिंदी भी ते ना मेरा ही खर्चा देण दूण दिंदी ते पता नहीं की मन दे विच उहदे आई मुंडा नहीं सी माड़ा मेरा बहुत ज़्यादा मेरा दरबा करदा सी ते बाद विच उहने पता नहीं की दिल च आई ते उहने दवाई खा के ते इदां हो गया दस मिंटां दे विच ही दवाई खा के आ गया घर साढ़े चार बजे मौत हो गई बस एक बेटा सी तुहाडा बेटा एक कोई बेटियां चार वी आई सारियां हां जी ਉਹ ਸਾਰ ਲੈਂਦੀਆਂ ਨੇ ਆ ਕੇ ਹਾਂਜੀ ਥੋੜਾ ਬਹੁਤਾ ਜਿੰਨੇ ਕਰਦੇ ਵੀ ਉਹਨਾਂ ਦੇ ਦਿਹਾੜੀ ਧੱਪਾ ਕਰਦੇ ਆ ਇੰਨੇ ਨੌਕਰੀਆਂ ਨਾਕਰੀਆਂ ਵਾਲੇ ਨਹੀਂ ਗੇ ਤੇ ਉਹ ਜਿੰਨਾ ਕੁ ਹੋ ਸਕੇ ਦੇ ਸਕਦੇ ਆ ਨਹੀਂ ਤੇ ਰੱਬ ਆਸਰੇ ਚਾਹੇ ਉਹ ਪਿਲਸਣ ਆਉਂਦੀ ਹੈ ਤੇ ਉਹਦੇ ਨਾਲ ਦਵਾਈ ਵੀ ਮੇਰੀ ਸ਼ੂਗਰ ਬਹੁਤ ਆ ਮੈਨੂੰ ਸ਼ੂਗਰ ਦੇ ਨਾਲ ਮੇਰੇ ਕੋਲ ਕਾਰੋਬਾਰ ਕੋਈ ਭਾਂਡੇ ਭੁੰਡੇ ਮਾਂਜਣ ਦਾ ਵੀ ਨਹੀਂ ਕਿਤੇ ਕੰਮ ਹੁੰਦਾ ਨਾ ਬੜਾ ਸੁੱਖ ਲਿਆ ਬਹੁਤ ਜ਼ਿਆਦਾ ਮੈਨੂੰ ਮਹਾਰਾਜ ਨੇ ਸੁੱਖ ਦਿੱਤਾ ਮੈਂ ਕਦੀ ਨਹੀਂ ਸੀ ਮੈਂ ਕਿਤੇ ਦਸ ਦਸ ਹਜ਼ਾਰ ਰੁਪਈਆ ਬੁੱਚ ਪਾ ਕੇ ਵੀਰ ਜੀ ਤੁਰਦੀ ਹਾਂ ਮੈਨੂੰ ਨਹੀਂ ਸੋਚ ਵੀ ਮੈਂ ਇੱਥੋਂ ਤੱਕ ਪਹੁੰਚਣਾ ਵਾ ਜਿਹੜਾ ਹੁਣ ਇਹ ਰੱਬ ਨੇ ਵਕਤ ਇੰਨਾ ਦਿਖਾਇਆ ਵਾ ਰੋਟੀ ਪਾਣੀ ਕਿਸ ਤਰ੍ਹਾਂ ਚੱਲਦਾ ਰੋਟੀ ਪਾਣੀ ਤਾਂ ਇਸੇ ਤਰ੍ਹਾਂ ਹੀ ਥੋੜ੍ਹਾ ਬਹੁਤ ਸੁਵਿਧਾ ਸਾਦਾ ਇਸ ਤਰ੍ਹਾਂ ਹੀ ਨਿਆਣੀਆਂ ਦੇ ਜਾਂਦੀਆਂ ਇੱਕ ਛੋਟੀ ਗੁੱਡੀ ਕਰਦੀ ਆ ਇੱਕ ਗੁਰਦਾਸਪੁਰ ਰਹਿੰਦੀ ਇੱਕ ਥੋੜ੍ਹਾ ਬਹੁਤ ਉਹ ਕਰਦੀ ਆ ਕੱਲੀ ਕਈ ਵਾਰ ਰੋਂਦੀ ਵੀ ਰਹਿੰਦੀ ਹਾਂ ਰਾਤ ਦਿਨ ਰੋਂਦੀ ਰਹਿੰਦੀ ਰੋਣਾ ਹੀ ਆ ਕੀ ਕਰਨਾ ਵੀਰ ਜੀ ਮੇਰੇ ਨਾਲ ਤਾਂ ਮੌਤ ਮੇਰੀ ਹੋ ਜਾਂਦੀ ਚੰਗਾ ਹੀ ਕਹਿੰਦੇ ਘੁੰਮਾਉਂਦੇ ਹੀ ਸਭ ਕੁਝ ਤਾਕਤ ਵਾਲੇ ਹੀ ਵਪਾਰ ਕਰਦੇ ਸੈਲਰਾਂ ਦਾ ਕੋਈ ਗੱਲ ਨਹੀਂ ਸੀ ਜਦੋਂ ਰੱਬ ਨੇ ਕਿਸਮਤ ਮਾੜੀ ਕਰ ਦਿੱਤੀ ਕੀ ਕਰਨਾ ਵਾ ਬਸ ਜੀ ਕੋਈ ਚਿਹਰਾ ਹੀ ਨਹੀਂ ਲੱਗਾ ਵੀ ਬਦਲਣ ਲੱਗਿਆ ਕੋਈ ਚਿਹਰਾ ਵੀ ਨਹੀਂ ਲੱਗਾ ਵੀ ਹਾਂਜੀ ਬੇਟੀਆਂ ਦੇ ਘਰ ਵੀ ਜਾ ਕੇ ਮੈਂ ਕਿੰਨਾ ਕੁ ਚਿਰ ਰਹੂੰਗੀ ਗੁਜ਼ਾਰੇ ਤੇ ਉਹਨਾਂ ਦੇ ਆਪਣੇ ਝੱਟ ਲੰਘਣ ਡਿਆ ਤੇ ਮੇਰਾ ਕਿਸ ਤਰ੍ਹਾਂ ਲੰਘਾਉਣਗੇ ਨਾਲੇ ਕੋਈ ਕਰਨ ਵਾਲਾ ਕੋਈ ਨਹੀਂ ਕਰਨ ਵਾਲਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਕਲੋਨੀ ਆ 222 ਆਰਮੀ ਗੇਟ ਕਿਹਾ ਜਾ ਰਿਹਾ 222 ਤਾਂ ਵਾਰਡ ਨੰਬਰ 36 ਅੰਮ੍ਰਿਤਸਰ ਦੀ ਇਹ ਰਹਿਣ ਵਾਲੇ ਨੇ ਮਾਤਾ ਜੀ ਜਿਨ੍ਹਾਂ ਦਾ ਆਧਾਰ ਕਾਰਡ ਦੀ ਮੈਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਾ ਪਿਆ ਮਾਤਾ ਜੀ ਹੁਣ ਸਭ ਤੋਂ ਪਹਿਲੀ ਮੁਸ਼ਕਿਲ ਜਿਹੜੀ ਹੈ ਉਹ ਕੀ ਹੱਲ ਹੋ ਜਾਵੇ ਅਤੇ ਜਿਹਨਾਂ ਕਿਉਂਕਿ ਦਰਸ਼ਕ ਸਾਡੇ ਦੇਖਦੇ ਪਏ ਨੇ ਤਾਂ ਹੱਲ ਇਹੋ ਹੀ ਆ ਵੀ ਬਣ ਜਾਵੇ ਥੋੜ੍ਹਾ ਬਹੁਤ ਜਿੰਨਾ ਚਿਰ ਜ਼ਿੰਦਗੀ ਉਨਾ ਚਿਰ ਤਾਂ ਕੱਢਾਂ ਮੈਂ ਉਨਾ ਚਿਰ ਬਾਲੇ ਬੋਲੇ ਜਿਹੜੇ ਹਾਂਜੀ ਸਹੀ ਹੋ ਜਾਣ ਥੋੜ੍ਹੇ ਬਹੁਤੇ ਤਾਂ ਵੱਡੀ ਮੁਸ਼ਕਿਲ ਹੈ ਕਿ ਜਦੋਂ ਬਰਸਾਤ ਆਉਂਦੀ ਹੈ ਤਾਂ ਸਾਰੀਆਂ ਛੱਤਾਂ 'ਚ ਆਉਂਦੀਆਂ ਨੇ ਅਤੇ ਛੱਤਾਂ ਦੇ ਹਾਲਾਤ ਵੀ ਤੁਸੀਂ ਦੇਖ ਲਿੱਤੇ ਆ ਤਾਂ ਉਸ ਤੋਂ ਬਾਅਦ ਜਾਗਦਾ ਜਿਹੜੀ ਤਸਵੀਰ ਜਾਗਦੀ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਮਿੱਟੀ ਖਿਲਰੀ ਪਈ ਆ ਤਾਂ ਇਹ ਮਿੱਟੀ ਦਰਸਾਉਂਦੀ ਹੈ
कि वाकई जो पानी इकट्ठा होंदा होएगा तो इन कढ़ना मुश्किल होंदा होएगा। देखो किस तरीके नाल मिट्टी इत्थे जमी पी, तो यह पानी जिहड़ा जो चौंदा तो माता जी बहुत ज़्यादा पानी मेरे हिसाब नाल चौंदा है, जिहदे नाल सारी मिट्टी भरी पई। थोड़ा बहुत चौंदा होवे तो कोई नहीं, बहुत ज़्यादा ही चौंदा, बहुत ज़्यादा ही किसी बन्ने कोई वाह वाह नहीं रहा भी मैं कट सकूंगी की करूँगी किस तरह होना मैं झट कि नहीं है ਮੁੜੇ ਸੁਨੇਹੇ ਬਹਿ ਗਈ ਹੈ ਜਾ ਕੇ। ਅੱਛਾ ਬਾਕੀ ਜਵਾਈ ਉਸ ਤਰ੍ਹਾਂ ਠੀਕ ਹੈ ਸਾਰੇ ਜਣੇ ਕੰਮ? ਹਾਂਜੀ ਠੀਕ, ਉਹਨਾਂ ਦੇ ਦਿਹਾੜੀ ਦੱਪਾ ਕਰਦੇ ਆ, ਨਹੀਂ ਪਰੇਸ਼ਾਨ ਨਹੀਂ ਕਰਦੇ ਵੀ, ਸਹੀ ਰਹਿੰਦੇ। ਹਾਂਜੀ ਠੀਕ ਠੀਕ ਰਹਿੰਦੇ। ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ 65 ਸਾਲ ਹੋ ਗਈ ਜੀ। 65 ਸਾਲ? ਹਾਂਜੀ। ਤਾਂ ਬਿਲਕੁਲ 65 ਸਾਲ ਦੀ ਉਮਰ ਹੋ ਚੁੱਕੀ ਹੈ ਮਾਤਾ ਜੀ ਦੀ। ਮਾਤਾ ਜੀ ਦੀ ਕੋਈ ਟੈਨਸ਼ਨ ਨਾ ਲਓ, ਦਰਸ਼ਕ ਦੇਖਦੇ ਪਏ ਨੇ, ਸਾਰਾ ਹੱਲ ਕਰਨਗੇ, ਕੋਈ ਨਾ ਕੋਈ ਹੱਲ ਜ਼ਰੂਰ ਕੀਤਾ ਜਾਏਗਾ, ਸਾਡੀ ਟੀਮ ਵੱਲੋਂ ਵੀ ਹੱਲ ਕੀਤਾ ਜਾਏਗਾ। ਫਿਲਹਾਲ ਅਸੀਂ ਇਹ ਕਹਿ ਸਕਦੇ ਹਾਂ ਕਿ 72 ਜ਼ਿੰਦਗੀ ਜਿਹੜੀ ਇੱਥੇ ਜੀ ਜਾ ਰਹੀ ਆ। ਦੇਖੋ 13 ਦੇਖੋ, ਇੱਕ ਵਾਰ 13 ਤੁਹਾਨੂੰ ਦਿਖਾ ਦਈਏ। ਬਾਲੇ ਜਿਹੜੇ ਨੇ ਕਲੋਜ਼ ਕਰਕੇ ਦਿਖਾਓ, ਵੇਖੋ ਆਹ ਬਾਲਾ ਵੇਖੋ ਡਿੱਗ ਚੁੱਕੇ ਨੇ, ਬਾਲੇ ਟੁੱਟ ਕੇ ਡਿੱਗ ਚੁੱਕੇ ਨੇ। ਆਹ ਵਿਚਲਾ ਬਾਲਾ ਦਿਖਾਓ ਇੱਕ ਵਾਰੀ, ਯਾਨੀ ਕਿ ਬਹੁਤ ਸਾਨੂੰ ਵੀ ਖਤਰਾ ਨਜ਼ਰ ਆ ਰਿਹਾ। ਇੱਥੇ ਖਲੋ ਕੇ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਤਾਂ ਸਾਨੂੰ ਵੀ ਖਤਰਾ ਨਜ਼ਰ ਆ ਰਿਹਾ ਕਿ ਪਤਾ ਨਹੀਂ ਕਿਹੜੇ ਵੇਲੇ ਇਹ ਜਿਹੜੇ ਬਾਲੇ ਜਿਹੜੇ ਡਿੱਗ ਪੈਣ, ਛੱਤ ਡਿੱਗ ਪਏ। ਤਾਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਮਾਤਾ ਜੀ ਇੱਥੇ ਰਹਿੰਦੇ ਪਏ ਨੇ, ਇਸ ਘਰ ਦੇ ਵਿੱਚ ਰਹਿੰਦੇ ਪਏ ਨੇ। ਤਾਂ ਮੁਸ਼ਕਲ ਜਿਹੜੀ ਆ, ਸਿਰ ਚੜ੍ਹ ਕੇ ਬੋਲਦੀ ਪਈ ਆ। ਉੱਪਰ ਦੇਖੋ ਬਾਲਾ ਪਿਆ, ਯਾਨੀ ਕਿ ਬਾਲੇ ਜਦੋਂ ਡਿੱਗ ਪੈਂਦੇ ਨੇ, ਆਹ ਦੇਖੋ ਕਿਸ ਤਰੀਕੇ ਨਾਲ ਅੜਾਇਆ ਹੋਇਆ ਬਾਲਾ। ਤਾਂ ਇਹ ਤਸਵੀਰ ਦੇਖਣ ਤੋਂ ਬਾਅਦ ਭਾਵੁਕ ਜ਼ਰੂਰ ਹੋ ਰਹੇ ਹਾਂ, ਪਰ ਵੱਡੀ ਗੱਲ ਹੈ ਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਕੁਛ ਨਾ ਕੁਛ ਹੱਲ ਜ਼ਰੂਰ ਕਰਨਗੇ। ਸਾਡੀ ਟੀਮ ਵੱਲੋਂ ਵੀ ਹੱਲ ਜ਼ਰੂਰ ਕੋਸ਼ਿਸ਼ ਕੀਤੀ ਜਾਏਗੀ ਕਿ ਹੱਲ ਕੀਤਾ ਜਾਵੇ, ਪਰ ਵੱਡੀ ਗੱਲ ਹੈ ਕਿ ਇਸ ਵੇਲੇ ਤਸਵੀਰ ਜਿਹੜੀ ਆ ਉਹ ਡਰਾਉਣੀ ਤਸਵੀਰ ਬਣੀ ਹੋਈ ਕਿ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਵੇ, ਕਿਹੜੇ ਵੇਲੇ ਇਹ ਜਿਹੜੀ ਛੱਤ ਥੱਲੇ ਆ ਜਾਵੇ, ਕਿਹੜੇ ਵੇਲੇ ਕਿਸ ਤਰ੍ਹਾਂ ਅਤੇ ਕਿੰਜ ਘਟਨਾ ਘਟ ਜਾਵੇ। ਤਾਂ ਇਹ ਤਸਵੀਰ ਜਿਹੜੀ ਆ ਇਹ ਦਰਸਾਉਂਦੀ ਪਈ ਆ, ਪਰ ਦੇਖਣਾ ਹੋਏਗਾ ਕਿ ਹੁਣ ਕਦੋਂ ਕਿਸ ਤਰੀਕੇ ਦੇ ਨਾਲ ਕੋਈ ਅਗਾਂਹ ਵੱਧਦਾ ਹੈ। ਇਹ ਮਾਤਾ ਜੀ ਦੀ ਮਦਦ ਕਰਨ ਵਾਸਤੇ ਵੱਡੀ ਗੱਲ ਹੈ ਕਿ ਮਦਦ ਕਰਨ ਵਾਸਤੇ ਹੱਥ ਅਗਾਂਹ ਵਧਣੀ ਚਾਹੀਦੀ ਹੈ। ਜੇਕਰ ਅਸੀਂ ਵਾਕਿਆ ਹੀ ਚਾਹੁੰਦੇ ਹਾਂ ਕਿ ਕਿਸੇ ਦਾ ਅਸੀਂ ਭਲਾ ਕਰੀਏ ਤਾਂ ਅਗਾਂਹ ਵਧੋ, ਨਹੀਂ ਕੁਛ ਕਰ ਸਕਦਾ ਤਾਂ ਇਹਨਾਂ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਹੁੰਦੀ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਤਾਂ ਜੋ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਮਦਦ ਦੇ ਵਿੱਚ ਥੋੜ੍ਹਾ ਜਿਹਾ ਹਿੱਸਾ ਤੁਸੀਂ ਜ਼ਰੂਰ ਪਾ ਸਕੋ। ਜਿਹੜੇ ਲੋਕ ਮਦਦ ਕਰਨਾ ਚਾਹੁੰਦੇ ਨੇ ਇਹ ਉਹਨਾਂ ਤੱਕ ਵੀਡੀਓ ਪਹੁੰਚ ਸਕੇ, ਤਾਂ ਵੀਡੀਓ ਪਹੁੰਚੇਗੀ ਤਾਂ ਫਿਰ ਸ਼ਾਇਦ ਇੱਕ ਪਰਿਵਾਰ ਜਿਹੜਾ ਸੁੱਖ ਦਾ ਸਾਹ ਲੈ ਸਕੇਗਾ। ਜ਼ਰੂਰੀ ਨਹੀਂ ਹੈ ਕਿ ਅਸੀਂ ਥੋੜ੍ਹਾ ਜਿੰਨਾ ਕੁਝ ਸਮਾਨ ਕਿਸੇ ਨੂੰ ਦਿੰਦੇ ਹਾਂ ਤਾਂ ਫੋਟੋਆਂ ਦਾ ਢੇਰ ਲਾ ਦਿੰਦੇ ਕਿ ਅਸੀਂ ਫੋਟੋ ਆਪਾਂ ਥੋੜ੍ਹੇ ਫਰੂਟ ਦਿੱਤਾ ਵਾ ਜਾਂ ਥੋੜ੍ਹਾ ਕੁਛ ਦਿੱਤਾ ਵਾ, ਤਾਂ ਉਹਦੇ ਨਾਲ ਗੱਲ ਨਹੀਂ ਬਣਨੀ, ਉਹਦੇ ਨਾਲ ਰੱਬ ਦੇ ਲੇਖੇ ਦੇ ਵਿੱਚ ਕੁਛ ਨਹੀਂ ਲਿਖਿਆ ਜਾਣਾ। ਜਦੋਂ ਇਸ ਤਰ੍ਹਾਂ ਦੇ ਪਰਿਵਾਰ ਦੀ ਮਦਦ ਕਰੋਗੇ ਗੱਲ ਉਦੋਂ ਬਣਨੀ ਆ। ਮਾਤਾ ਜੀ ਨੰਬਰ ਦੇ ਸਕਦੇ, ਆਪਣਾ ਨੰਬਰ ਜਾਣਾ? ਬਿਲਕੁਲ, ਮੇਰੇ ਕੋਲ ਨੰਬਰ ਹੈਗਾ ਅਤੇ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ ਮਾਤਾ ਜੀ ਦਾ ਨੰਬਰ ਹੈ। ਜੇਕਰ ਤੁਸੀਂ ਮਾਤਾ ਜੀ ਨਾਲ ਗੱਲਬਾਤ ਕਰਨਾ ਚਾਹੋ ਤਾਂ ਕਰ ਸਕਦੇ ਜੇ, 7662688371 ਮਾਤਾ ਜੀ ਦਾ ਨੰਬਰ ਹੈ। ਜਦੋਂ ਤੁਸੀਂ ਚਾਹੋ ਮਾਤਾ ਜੀ ਨੂੰ ਕੋਲ ਕਰ ਸਕਦੇ, ਕੋਲ ਕਰਕੇ ਤੁਸੀਂ ਮਦਦ ਲਈ ਅਗਾਂਹ ਜ਼ਰੂਰ ਵੱਧ ਸਕਦੇ ਹੋ। ਕੈਮਰਾਮੈਨ ਵਿਸ਼ਾਲ ਦੇ ਨਾਲ ਸੁਖਚੈਨ ਸਿੰਘ, ਡੇਲੀ ਪੋਸਟ ਪੰਜਾਬੀ, ਅੰਮ੍ਰਿਤਸਰ।